ਸ਼ੇਖਾਂ ਦਾ ਜਿਸ ਜ਼ਿਕਰ ਹੋਇਆ ਇਹਨਾਂ ਦੇ ਯਾਰ ਉਹ ਪੀਰ ਨਾਸਰ ਸ਼ਾਹ ਲਈ ਸਾਨੂੰ ਗੱਲ ਸੁਣਾ। ਆਇਆ ਪੀਰ ਨਾਸਰ ਸ਼ਾਹ ਮੇਰਾ ਪੀਰ ਪੰਚਾ ਕੋਟ ਮਾਰਥਾਲੇ ਚ ਬੈਠਾ, ਇੱਕ ਦੀਵਾਰ ਉਸ ਸੱਤ ਮਲੰਗ ਨਾਲ ਲਾ ਲੈ ਤੇ ਮੁਰੀਦਾਂ ਤੇ ਵਗ ਗਿਆ। ਜਦੋਂ ਉਹ ਮਲੰਗਾਂ ਸਮਾਇਤ ਮੁਰੀਦਾਂ ਤੇ ਗਿਆ, ਮੁਰੀਦਾਂ ਰਾਤੀ ਬੜੀ ਖਿਦਮਤ ਕੀਤੀ, ਕਿਦਾਂ ਹੀ ਜ਼ਰਦੇ, ਕਿਦਾਂ ਹੀ ਪੁਲਾ, ਕਿਦਾਂ ਹੀ ਗੋਸ਼ਤ, ਕਿਦਾਂ ਹੀ ਫਰੂਟ, ਕਿਦਾਂ ਹੀ ਸੇਬ, ਐਂ ਉਹਨਾਂ ਦਾਵਤ ਫੁੱਲ ਕੀਤੀ। ਨਾਸਰ ਸ਼ਾਹ ਦੇ ਮਲੰਗ ਜਿਹੜੇ ਆ ਉਹਨਾਂ ਆਖੇ ਸਦਕੇ ਪੀਰ ਆ ਸਦਕੇ, ਅੱਜ ਤਾਂ ਕਮਾਲਾ ਕੀਤੀ। ਜਿਸੇ ਨੂੰ ਖਾਣਾ ਖੁਣਾ ਖਾ ਲਿਆ ਨਾ, ਜਦੋਂ ਦੇਹ ਹੋਇਆ ਨਾ, ਮੁਰੀਦਾਂ ਪੀਰ ਨਾਸਰ ਸ਼ਾਹ ਨੂੰ ਆਖੇ, ਬਾਬਾ ਨਾਸਰ ਸ਼ਾਹ ਗੱਲ ਏ, ਅਸੀਂ ਤਾਂ ਬਾਰਿਸ਼ ਤੋਂ ਸੇਕ ਮੋਇਆ, ਦੁਆ ਮੰਗੋ ਬਾਰਿਸ਼ ਨਹੀਂ ਪਈ ਆਉਂਦੀ। ਉਸ ਆਖੇ ਇੰਝ ਬਾਰਿਸ਼ ਨਹੀਂ ਆਉਂਦੀ, ਇੰਝ ਨਹੀਂ ਆਉਂਦੀ ਬਾਰਿਸ਼ ਨਹੀਂ ਆਉਂਦੀ। ਉਹਨਾਂ ਆਖਿਆ ਜੀ ਕਿਉਂ? ਉਸ ਆਖੇ ਜਿਹੜਾ ਉਹ ਕਾਲੇ ਰੰਗ ਦਾ ਬੱਕਰਾ ਖਲਾ ਨਾ, ਉਹਦੀ ਹੱਥ ਰੱਖੋ, ਉਹਦਾ ਸੋਹਣਾ ਜਿਹਾ ਗੋਸ਼ਤ ਬਣਾਓ, ਮੈਨੂੰ ਹੀ ਖਵਾਓ, ਮੇਰੇ ਮਲੰਗਾਂ ਨੂੰ ਮੈਂ ਰਾਤੀ ਦੁਆ ਮੰਗਸਾ ਤੇ ਬਾਰਿਸ਼ ਆਵੇ। ਉਹਨਾਂ ਜੀ ਬੱਕਰਾ ਚਾਹ ਕਾਲੇ ਬੱਕਰੇ ਦਾ ਮੁਰੀ ਆਪਣਾ ਪੀਰ ਨਾਲ ਕੀ ਵਜ੍ਹਾ ਜੀ? ਬੜਾ ਸ਼ੌਕ ਨਾਲ ਗੋਸ਼ਤ ਦਾ, ਬਿਹਤਰੀਨ ਹੁੰਦਾ ਤਾਂ ਕਾਲੇ ਬੱਕਰੇ ਦਾ। ਬਈ ਆਪ ਤਾਂ ਤੈਨੂੰ ਪਤਾ ਬੜੇ ਨਾਸਿਕ ਜਾਇ, ਖਾਵਣਾ ਥੋੜਾ ਹੈ ਤੇ ਵੇਖਣਾ ਜ਼ਿਆਦਾ। ਬਈ ਆ ਪਹਿਲਾ ਬੱਕਰਾ ਚੰਗਾ ਪੀਰ ਹੀ ਖਾ ਗਿਆ, ਮਲੰਗ ਹੀ ਭੀੜ ਗਏ, ਬੋਟੀ ਦਾ ਪਤਾ ਹੀ ਨਹੀਂ ਲੱਗਾ। ਨਾਸਰ ਸ਼ਾਹ ਖਾਧੀ ਜਿਹੜੀ ਖਾਧੀ, ਮਲੰਗ ਹੀ ਉਹਦੇ ਨਾਲ ਲਈ ਵਧਾਈ ਮੁੱਖੇ ਹੋਰੀ ਨੂਰ ਭੱਟੀ ਵਰਗੇ, ਗਫੂਰੇ ਵਰਗੇ ਮਲੰਗਾ, ਉਹਨਾਂ ਬੋਟੀ ਦਾ ਪਤਾ ਹੀ ਨਾ ਲੱਗਣ। ਪੀਰ ਜਨਾਬ ਅਲੀ ਉਹਨਾਂ ਆਖਿਆ, ਪੀਰ ਜੀ ਹੁਣ ਮੰਗੋ ਦੁਆ, ਬੱਕਰਾ ਖਾਧੀ ਬੈਠੇ। ਉਹ ਸਖੇ ਇਸ ਤਰ੍ਹਾਂ ਨਹੀਂ, ਬਾਰਿਸ਼ ਆਉਣੀ, ਤੁਸੀਂ ਸਾਂ ਜਾਓ ਤੇ ਸੁੱਤਿਆਂ ਤੇ ਬਾਰਿਸ਼ ਹੋਊ। ਉਹ ਜੀ ਅੰਦਰ ਸਾਂ ਗਏ, 2 ਵਜੇ ਪੀਰ ਮਲੰਗਾਂ ਨੂੰ ਉਠਾਇਆ, ਉੱਠੀ ਉਹ ਬੱਕਰਾ ਹਲਾਲ ਕਰੋ ਜਿਹੜਾ ਖਾਧੀ ਪਾਇਆ। ਮੇਰਾ ਮਾਵਾ ਅਸੀਂ ਕੀ ਕਰੀਏ? ਉਸ ਆਖਿਆ ਇਹਨਾਂ ਦੇ ਘਰ 2 ਨਲਕੇ ਲੱਗੇ ਖਲੇ ਦੇ, ਬਾਲਟੀਆਂ ਫਾਰ ਫਾਰ ਕੇ ਇਹਨਾਂ ਦੇ ਪੂਰੇ ਫੇੜੇ ਸੱਟੋ, ਕੋਠਿਆਂ ਦੀ ਛੱਤਾਂ ਤੇ ਸੱਟੋ। ਦੰਮੀ ਨਾਲ ਮੁਰੀਦ ਉੱਠੀ ਵਣ ਤੇ ਪਰਨਾਲੇ ਚੋਂਦੇ ਪਏ। ਉਹ ਤਾਂ ਸਾਰੀ ਰਾਤ ਮਲੰਗਾਂ ਨਲਕੇ ਗੇੜ 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 ਕੇ ਉਹਨਾਂ ਦੇ ਮੋਢੇ ਖਤਮ ਹੋ ਗਏ। ਸਾਰੀ ਰਾਤ ਜੂ ਗੜਾਲ 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 ਗੜਾਲ, ਪਤਾ ਲੱਗੇ ਰਾਤੀ ਬਾਰਿਸ਼ ਹੋਈ ਹੈ। ਕੋਈ ਵਿਹੜੇ ਦੇ ਵਿੱਚ ਗੋਡੇ ਗੋਡੇ ਜਿੱਡਾ ਪਾਣੀ ਕਰ ਛੱਡਿਆ ਉਹਨੇ, ਕੋਠਿਆਂ ਦੀ ਛੱਤਾਂ ਤੇ ਪਾਣੀ ਸੱਟਿਆ ਉਹਨੇ ਜੀ। ਦੰਮੀ ਨਾਲ ਮੁਰੀਦ ਉੱਠੀ ਜੇ ਗੋਡੇ ਗੋਡੇ ਜਿੱਡਾ ਪੂਆ ਪਾਣੀ ਪੂਰੇ ਵਿਹੜੇ ਚ ਜੀ, ਪਾਣੀ ਪਾਣੀ ਤੇ ਛੱਤਾਂ ਦੇ ਉੱਤੇ ਜਿਹੜਾ ਪਰਨਾਲੇ ਚੋਂਦੇ ਪਏ। ਉਹਨਾਂ ਆਖਿਆ ਸੁਬਹਾਨ ਅੱਲਾ, ਨਾਸਰ ਸ਼ਾਹ ਤੋਂ ਤਾਂ ਕਮਾਲ ਕਰ ਦਿੱਤੀ, ਇਤਨੀ ਬਾਰਿਸ਼ ਪਾਣੀ ਪਾਣੀ। ਜਿਹੜੇ ਗਵਾਟੀਆਂ ਨੂੰ ਉਹਨਾਂ ਦੇ ਘਰ ਇੱਕ ਚੋਆ ਹੀ ਕੋਈ ਨਾ ਆਈ। ਉਹਨਾਂ ਪੀਰ ਦੀ ਮਿੰਨਤ ਕੀਤੀ, ਪੀਰ ਜੀ ਅਸੀਂ ਤੁਹਾਨੂੰ 2 ਬੱਕਰੇ ਖਵਾਈਨੇ ਆ ਸਾਡੇ ਪਾਸੇ, ਦੁਆ ਮੰਗੋ। ਮਲੰਗ ਕਾਬੜੇ ਵਧਿਆ ਰਤੋਕ, ਮਲੰਗ ਨਾਸਰ ਸ਼ਾਹ ਨੂੰ ਆਖਿਰ ਖਬਰਦਾਰ ਪੀਰ ਜੀ ਦੁਆ ਚ ਮੰਗਿਆ, ਕਿਉਂਕਿ ਬੱਦਲ ਰਤੋਕੇ ਥੱਕੇ ਪਏ। ਅੱਛਾ ਸ਼ੇਰ ਦੀ ਸ਼ਾਦੀ ਵਿੱਚ ਕੀ ਵਾਰ ਰੱਖੇ ਹੋ?